10-40 ਟੋਕਾ ਨੰਬਰ 10-40 ਦਸਵਾਂ ਨੰਬਰ ਇਹ ਜੱਜਮੈਂਟ ਬੀਸੀ ਸਾਹਿਬ ਨੇ ਆਪ ਕੀਤੀ ਹੈ ਭਾਈ ਜਿਹੜੇ ਆਪਾਂ ਕਹਿ ਲਈਏ ਕਿ ਕਿਸਾਨਾਂ ਦੇ ਤਾਂ ਸੀਐਮਈ ਹੈ ਇਹ ਉਹ ਅੱਗੇ ਪਾਉਣੇ ਆਪ ਕਹਿੰਦੇ ਵੀ ਮੈਂ ਖੁਦ ਕੋਚ ਸਾਹਿਬ ਹੋਈ ਮੁਸਫਰ ਬੀਸੀ ਸਾਹਿਬ ਨੇ ਸਰਦੂਲਗੜ੍ਹ ਰੋਡ ਕੀ ਉਹ ਜਿਹੜਾ ਪੰਜਾਬ ਦੇ ਤੇ ਹਰਿਆਣੇ ਦੇ ਬਾਰਡਰ ਤੇ ਆ ਰੋਡ ਕੀ ਪਿੰਡ ਸਰਦੂਲਗੜ੍ਹ ਤੁਹਾਡਾ ਨਾਂ ਕੀ ਆ ਬਾਈ ਹਰਦੀਪ ਸਿੰਘ ਦੀ ਮੱਝ ਆਈ ਆ 10ਵੇਂ ਨੰਬਰ ਤੇ ਜੀ ਲਓ ਜੀ ਨਾਮ ਦੀ ਫੋਟੋ ਲਈ ਮਾਨ ਇਹਦੀ ਬੈਟਰੀ ਡਾਊਨ ਹੁੰਦੀ ਆ ਬਾਈ ਦਮਦਮ ਬਦਲ ਕੇ ਜਾਈ ਭਰਾ ਮੇਰੇ ਆ 45 ਤੇ ਬੰਦੇ ਨੂੰ ਫੜਾ ਦਿਆ ਕਰੋ ਜੀ ਇਹਨਾਂ ਦੇ ਧੀਜੀ ਹੁੰਦੀ ਆ ਇਹਨਾਂ ਤੋਂ ਸੌਖੀ ਬਣਾ ਲੂਗੀ ਆਪਣੇ ਤੋਂ ਥੋੜਾ ਜਿਹਾ ਭੈਖ ਆ ਜਾਂਦਗਾ ਆ ਲਓ ਜੀ ਇਹ 9ਵੇਂ ਨੰਬਰ ਦੀ ਆ ਇਹ ਕਿਹੜੇ ਪਿੰਡ ਤੋਂ ਆਇਆ ਗੁਰਗਾ ਕਿਹੜੇ ਪਿੰਡ ਤੋਂ ਆਇਆ ਨੌਜਵਾਨਾਂ ਤਖਤੋਪੁਰਾ ਸਾਹਿਬ ਦੇ ਕੋਲੇ ਲੋਹਾਰਾ ਕਿਹੜੇ ਸੀਮਨ ਦੀ ਆ ਇਹ ਬਲੀ ਬੰਦਣੀ ਵਾਲੇ ਬਲੀ ਦੀ ਆ ਜਿਹੜੇ ਜੈ ਸੋ ਕੋਲੇ ਆ ਹਨਾ ਬਾਈ ਜੈ ਕੋਲੇ ਆ 1800 ਤੇ ਉਹ ਕਹਿੰਦੇ ਵੀ ਦੁੱਧ ਦੇ ਵਿੱਚ ਵੀ ਫਸਦਾ ਹੀ ਆ ਇਹ ਧਰੋਲੇ ਤੇ ਬਾਈ ਹੁਣੀ ਕਹਿੰਦੇ ਇਹ ਭਾਈ ਬਲੀ ਬੰਦਣੀ ਦੀ ਬੱਚੀ ਆ ਜਿਹੜਾ ਬਲੀ ਝੋਟਾ ਆ ਬੰਦਣੀ ਜੈ ਕੋਲੇ ਬਾਈ ਕੋਲੇ 8ਵਾਂ ਨੰਬਰ 2126 ਆ ਜਾਓ ਜੀ ਆ ਜਾਓ ਜੀ ਹਾਂਜੀ ਤੇ ਕੀ ਕਰਨ ਫਿਰ ਜੇ ਹੁਣ ਟਾਈਮ ਦੇ ਕੱਢਿਆ ਪਸ਼ੂ ਇਹ ਝੋਟੀ ਦਾ ਨਾਂ ਭਾਈ ਤੋਬਾ ਜਿਹੜੀ 9ਵੇਂ ਨੰਬਰ ਤੇ ਆਈ ਹੈ 8ਵੇਂ ਵਾਲੇ ਆ ਗਏ ਇਹ ਕਿਹੜੀ ਦੀ ਬੱਚੀ ਹੈ ਜੀ ਹਾਂਜੀ ਸਰ ਦੇਖੋ ਹਾਂਜੀ ਬਾਈ ਜੀ ਸਰਕਾਰੀ ਸੀਮਨ ਉਹਦੀ ਬੱਚੀ ਆ ਤੇ ਬਾਈ ਤੁਹਾਡਾ ਨਾਂ ਕੀ ਆ ਜਗਜੀਤ ਸਿੰਘ ਪਿੰਡ ਸ਼ੇਰੋ ਮਾਟਾ ਵਾਲਾ ਸ਼ੇਰੋ ਪਿੰਡ ਆ ਭਾਈ ਮਾਟਾ ਹਾਜ਼ਰੀ ਲੱਗ ਗਈ ਤੇਰੀ ਨੰਬਰ ਵੱਲੋਂ 21-23 ਆ ਜਾਓ ਜੀ 7ਵਾਂ ਨੰਬਰ 21-23 ਆਪਾਂ ਇਹਨਾਂ ਨੂੰ ਵੀ ਪੁੱਛ ਲਈਏ ਮੈਂ ਨਾ ਸੀਮਨ ਤਾਂ ਪੁੱਛਦਾ ਨਾ ਇੱਕ ਤਾਂ ਤੁਹਾਨੂੰ ਪਤਾ ਲੱਗ ਜੇ ਤੇ ਇੱਕ ਤੁਹਾਨੂੰ ਇਹ ਪਤਾ ਲੱਗ ਜੇ ਵੀ ਇਹ ਬੰਦਿਆਂ ਕੋਲੇ ਦੇਖੋ ਜਾਣਕਾਰੀ ਕਿੰਨੀ ਹੁੰਦੀ ਆ ਕਿ ਜਾਨਵਰ ਕਿਹਦਾ ਸਾਨੂੰ ਤਾਂ ਆਪਦੇ ਘਰੇ ਖੜੀਆਂ ਝੋਟੀਆਂ ਦਾ ਨੀ ਪਤਾ ਕਿਹਦੀ ਆ ਬਾਈ ਦੱਸੀ ਕਿਹਦੀ ਆ ਇਹ ਹਾਂਜੀ ਦੇਖੋ ਕਿਹਦੀ ਆ ਸੋਹਣਿਆ ਕਿਹਦੀ ਝੋਟੀ ਕਿਹਦੀ ਆ ਬਾਈ ਪੰਚਾਇਤੀ ਬੁੱਲ ਹਰਿਆਣੇ ਦਾ ਪੰਚਾਇਤੀ ਬੋਲਾ ਕੀ ਉਹਦਾ ਨਾਂ ਨੰਬਰ ਜਗਲਾਨ ਪਿੰਡ ਤੋਂ ਆਈ ਹੈ ਤੇ ਤੁਸੀਂ ਕਿੱਥੋਂ ਆਏ ਆ ਮੁਕਤਸਰ ਜ਼ਿਲ੍ਹਾ ਆਸਾ ਬੁੱਟਰ ਪਿੰਡ ਆ ਬਾਈ ਦਾ ਨਾਂ ਸੁਖਪ੍ਰੀਤ 2 ਸੂਏ ਹੋ ਗਏ ਤੁਹਾਡੇ ਕੋਲੇ ਹੀ ਆ ਕਿੰਨਾ ਦੁੱਧ ਦਿੰਦੀ ਆ 21 ਕਿਲੋ 200 ਗ੍ਰਾਮ ਇਹ ਕਹਿੰਦਾ ਵੀ ਬੈਸਟ ਚਵਾਈ ਕਰਾਈ ਹੋਈ ਆ ਬਾਈ ਹੋਣਾ ਨੇ 21 ਕਿਲੋ 200 ਗ੍ਰਾਮ ਕਮਾਲ ਝੋਟੀ ਆ ਯਾਰ ਬਹੁਤ ਕਮਾਲ ਸਾਡੇ ਯੂਟਿਊਬਰ ਕਹਿੰਦੇ ਬਹੁਤ ਕਮਾਲ ਝੋਟੀ ਆ ਬਈ ਐਵੇਂ ਆ ਗੱਲ ਦੱਸ ਕਰ ਇਹ ਬੰਦਾ ਆਉਂਦਾ ਨੀ ਸੀ ਮੇਲੇ ਤੇ ਇਹਨੂੰ ਧੱਕੇ ਨਾਲ ਲਿਆਂਦਾ ਧੱਕੇ ਨਾਲ ਇਹ ਘਰੇ ਬੈਠਾ ਸੀ ਐਵੇਂ ਆ ਨਾ ਸਨੀ ਬਾਈ ਗੱਲ ਹਾਂ ਇਹ ਆਉਂਦਾ ਨੀ ਸੀ ਮੈਂ ਤੈਨੂੰ ਕਿਹਾ ਟਿੱਕੀ ਰਿੱਝ ਲੈਣ ਤੇ ਕੋਈ ਗੱਲ ਨੀ ਬਣ ਰਹੀ ਆ ਖੀਰ ਵੱਡੀ ਬਣੂਗੀ ਤੇ ਕਿਹਦੀ ਬੱਚੀ ਆ ਬਾਈ ਇਹ ਸਰਕਾਰੀ ਪੰਚਾਇਤੀ ਹਰਿਆਣੇ ਦਾ ਪੰਚਾਇਤੀ ਬੋਲਾ ਉਹਦੀ ਆ ਤੇ ਪਿੰਡ ਕਿਹੜੇ ਆ ਇਹ
ਅੱਛਾ ਹਰਿਆਣੇ ਦੇ ਵਿੱਚ ਹੀ ਆ, ਫੱਗੂ ਪਿੰਡ ਹੈ, ਸਿਰਸਾ ਹਰਿਆਣਾ, ਨਾਂ ਕਿਹਦਾ? ਕਿਹਦੇ? ਜਸਵੰਤ ਸਿੰਘ ਜੀ ਆ। ਲੈ ਬਈ ਜਸਵੰਤ ਭਾਈ, ਮੁਬਾਰਕਾਂ ਤੁਹਾਨੂੰ। ਇਹ 21-13 ਵਾਲੇ ਆ ਤੇ ਭਾਈ ਹੋ ਜਾਓ, ਪੰਜਵਾਂ ਨੰਬਰ ਆ ਜੀ, 122 ਆ ਜਾਓ, 122 ਵਾਲੇ। ਹੁਣ ਤੁਸੀਂ ਤਾਂ ਪਹਿਲੇ ਨੰਬਰ ਵਾਲੇ ਹੀ ਆ ਸਾਰੇ, ਇਦੂ ਗਾਹਾਂ ਤਾਂ। ਆਹ ਦੇਖ ਲਓ ਆ ਕਿੱਡੀ ਸੋਹਣੀ ਚੋਟੀ ਆ ਯਾਰ, ਇਹ 6ਵੇਂ ਤੇ ਆਈ ਆ, ਤੇ ਤੁਸੀਂ ਦੇਖ ਲਓ ਵੀ ਕਿੱਡੇ ਚੰਗੇ ਚੰਗੇ ਜਾਨਵਰ ਆ ਜਿਹੜੇ ਤੂੰ ਗਾਹਾਂ ਆਉਣੇ ਆ। ਆ ਜਾਓ ਬਾਈ, ਆ ਜਾਓ ਵੀਰੇ, ਇਹ ਤਾਂ ਕੱਟੀ ਯਾਰ ਸਾਡੀ ਮੱਝ ਨਾਲ ਵੱਡੀ ਆ। ਆ 5ਵੇਂ ਨੰਬਰ ਤੇ ਆਈ ਆ ਭਾਈ, 122 ਟੋਕ ਨੰਬਰ ਆ। ਕਿਹਦੀ ਆ ਬਾਈ ਇਹ, ਕਿਹੜਾ ਸੀਮਨ ਆ? ਹਾਂਜੀ ਸਰ ਦੇਖਿਓ। ਅੱਛਾ ਜੀ, ਕਨਫਰਮ ਨੇ ਇਹ ਹਰਿਆਣੇ ਤੋਂ ਵੀਰੇ ਹੁਣੇ ਆਏ ਆ, ਤੇ ਤੁਹਾਡਾ ਨਾਂ? ਸੁੱਖਾ ਬਾਈ, ਤੇ ਪਿੰਡ ਚੰਡੀਗੜ੍ਹ ਤੋਂ। ਤੇ ਵੀਰੇ ਇਹ ਤਾਂ ਦੁੱਧ 26.5 ਕਿਲੋ ਦੁੱਧ ਦਿੰਦੀ ਹੈ ਇਹ, 26.5 ਕਿਲੋ। ਤੇ 6 ਮਹੀਨਿਆਂ ਤੋਂ ਉੱਤੇ ਸੂਈ ਹੋ ਗਏ, ਹੁਣ ਵੀ 20 ਕਿਲੋ। ਕਹਿੰਦੇ ਵੀ ਭਾਈ ਜੇ ਕਿਸੇ ਨੇ ਚੋਣਾ ਤਾਂ ਆ ਕੇ ਚੋ ਸਕਦੇ, 20 ਕਿਲੋ ਹੁਣ ਵੀ ਦੇਊਗੀ 24 ਘੰਟਿਆਂ ਦਾ। ਹਾਂ ਆ ਬੱਚਾ, ਮੈਂ ਤਾਂ ਤੈਨੂੰ ਦੱਸਿਆ ਸਾਡੀ ਮੱਝ ਦਿੰਦੀ ਆ ਦੁੱਧ, ਉਹਦਾ ਉਹ ਐਡੀ ਕੀ ਆ। ਚੌਥਾ ਨੰਬਰ 10-27 ਆ ਜਾਊਗੇ। ਦੇਖੋ ਥਣ ਥੁਣ ਦੇਖੋ ਕਹਿੰਦੇ ਸਿੱਧੇ, ਖਰੀਦਣੀ ਪਿੰਡੀਆਂ ਤੋਂ ਬੰਦਾ ਨਿਗਾਹ ਮਾਰ ਲੈਂਦਾ। ਦੇਖੋ ਥਣ ਥੁਣ ਨਿਗਾਹ ਮਾਰ ਲਿਓ, ਗੇੜਾ ਦੇ ਦੋ। ਚੌਥਾ ਨੰਬਰ 10-27 ਕਿਹੜਾ ਸੀਮਨ ਆ ਸੱਜਣਾ? ਨਹੀਂ ਪਤਾ, ਕਨਫਰਮ ਨੀ। ਦੁੱਧ ਕਿੰਨਾ ਦਿੰਦੀ ਆ? ਕਹਿੰਦਾ 22-700 ਦਾ ਤਾਂ ਰਿਕਾਰਡ ਆ ਤੇ 23 ਕਿਲੋ ਦੇ ਦਿੰਦੀ ਆ। ਜਿਹੜਾ ਰਿਕਾਰਡ ਆ ਇਹਨਾਂ ਨੇ ਜਿਹੜਾ ਲਾਈਵ ਕਰਵਾਇਆ ਰਿਕਾਰਡ, ਉਹ 22-700 ਦਾ ਤਾਂ ਉਹ ਆ ਸੱਜਣੋ। ਇਹ ਕਹਿੰਦੇ ਵੀ 23 ਕਿਲੋ ਦੇ ਦਿੰਦੀ ਆ ਜਦੋਂ। ਤੀਜਾ ਨੰਬਰ ਮੱਲੋ 139 ਆ ਜਾ ਬਈ। ਤੀਜਾ ਨੰਬਰ 139 ਲੋ, ਵੇਖ ਲੋ, ਨਿਗਾਹ ਮਾਰ ਲੋ ਪਰਖ ਪੁਰਖ ਕਰਕੇ। ਇਹਦੇ ਬੰਦਾ ਉਹੀ ਮੇਰੇ ਅੱਗੇ ਕਹਿੰਦਾ ਮੈਂ ਮੇਲਾ ਦੇਖ ਕੇ, ਮੈਨੂੰ ਪਰਖ ਨਹੀਂ ਆਉਂਦੀ ਭਾਵੇਂ ਨਾ ਹੀ ਆਉਂਦੀ ਹੋਵੇ, ਫਿਰ ਵੀ ਬੰਦਾ ਨਾ ਮੇਲਾ ਦੇਖ ਕੇ ਹੋਵੇ, ਫਿਰ ਵੀ 2-4 ਚੀਜ਼ਾਂ ਖੂਬੀਆਂ ਦੇਖ ਲੈਂਦਾ। ਸਿੰਗੀ ਦੇ ਵਿੱਚ ਹੀ ਇਹਦੇ ਤਾਂ ਵਿੱਚ ਹੀ ਸਿੰਘਾਂ ਦੇ ਡਮਰੂ ਜੇ ਫਸਾਈ ਬੈਠੇ। ਦੇਖੋ ਤੁਸੀਂ ਯਾਰ ਸ਼ਕੀਨੀ ਦੀ ਗੱਲ, ਸਿੰਘਾਂ ਵਾਲੇ ਪਾਸਿਓਂ, ਪਿੰਡੇ ਵਾਲੇ ਪਾਸਿਓਂ ਯਾਰ ਕੋਈ ਕਸਰ ਹੀ ਹੈ ਨੀ। ਤੀਜਾ ਨੰਬਰ ਹੈ ਬਈ, ਕਿਹੜੇ ਪਿੰਡ ਤੋਂ ਆਏ? ਹਰਿਆਣਾ ਜ਼ਿਲ੍ਹਾ ਹਸਾਰ ਲਤਾਣੀ ਪਿੰਡ ਹੈ, ਤੇ ਨਾਂ ਕਿਹਦੇ? ਕਿਹੜੇ ਸੀਮਨ ਦੀ ਆ? ਇੱਕ ਸਾਲ ਚ ਬਾਈ ਕਹਿੰਦਾ ਵੀ 6 ਕੰਪੀਟੀਸ਼ਨ ਲੜੇ ਆ, 6ਾਂ ਦੇ ਵਿੱਚ ਚੰਗੀ ਪੋਜੀਸ਼ਨ ਤੇ ਆਉਂਦੀ ਆ, ਫੁੱਲ ਲੈ ਕੇ ਆਉਂਦੀ ਆ, ਕਿਤੇ ਫੁੱਲ ਤੋਂ ਬਿਨਾਂ ਮੁੜੇ ਨੀ, 6 ਵਾਰੀ ਗਏ ਆ, 6 ਵਾਰੀ ਜਿੱਤ ਕੇ ਆਏ। 17 ਕਿਲੋ 486 ਗ੍ਰਾਮ ਪਹਿਲੇ ਸੂਏ ਦੀ ਆ, ਤੇ 5 ਮਹੀਨੇ ਹੋ ਗਏ ਸੂਈ ਨੂੰ। ਸੋਹਣੇ ਸੱਜਣੋ, ਇਹੋ ਜਿਹੇ ਕਿਸਾਨੀ ਨੂੰ ਤਾਂ ਲੈ ਕੇ ਜਾਣ ਵਾਲੀਆਂ ਬਰੀਡਾਂ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਬਣਦੀਆਂ, ਜਿਹਦੇ ਵਾਸਤੇ ਆਪਾਂ ਕਹਿ ਸਕਦੇ ਵੀ ਅੱਜ ਵਾਲਾ ਮੇਲਾ ਸਫਲ ਹੋ ਗਿਆ, ਇਹ ਆਪਣੇ ਕੋਲ ਪਹੁੰਚ ਗਿਆ। ਤੇ ਦੂਜੇ ਵਾਲਾ ਆ ਜਾਓ ਬਾਈ, 21-03
ਦੂਜਾ ਨੰਬਰ ਹੈ ਜੀ 2103 ਕਿੱਧਰ ਉੱਠ ਗਿਆ ਦੂਜੇ ਵਾਲੇ ਤਾਂ ਪੱਪਾਂ ਤੇ ਕਿੱਧਰ ਹੋਣਾ ਸੀ ਆ ਜਾ ਯਾਰ ਉਹ ਤਾਂ ਨੱਚਦਾ ਆਉਣਾ ਸੀ ਯਾਰ ਦਸ 52 ਡੀਸੀ ਸਾਹਿਬ ਨੇ ਯਾਰ ਬਾਈ ਆਪ ਜੱਜਮੈਂਟ ਕੀਤੀ ਹੈ ਦੇਖੋ ਤੁਸੀਂ ਇੰਨੀ ਕੁ ਤਾਂ ਗੱਲ ਸਮਝਦੇ ਆ ਵੀ ਇਹ ਬੰਦੇ ਦਾ ਰੁਤਬਾ ਕੀ ਆ ਜਿਹੜਾ ਬੰਦਾ ਆਪਣੇ ਵਿੱਚ ਖੜਾ ਇਸ ਬੰਦੇ ਦਾ ਰੁਤਬਾ ਕੀ ਆ ਆਪਣੇ ਆਪਣੇ ਕਿਸਾਨਾਂ ਲਹਿਜ਼ਾ ਦਾ ਸੀਐਮ ਹੈ ਜਿਹਦੀ ਕਲਮ ਤੋਂ ਇੱਕ ਅੱਖਰ ਲਿਖਿਆ ਗਿਆ ਤੇ ਕਿਸਾਨਾਂ ਦੀ ਕਿਸਮਤ ਆ ਉਹ ਸੱਜਣ ਆਪਾਂ ਇਹ ਕਹਿ ਸਕਦੇ ਹਾਂ ਤੇ ਇਸ ਲੈਵਲ ਦੀ ਇਹਨਾਂ ਦਾ ਰੁਤਬਾ ਹੈ ਇਸ ਲੈਵਲ ਦਾ ਮੁਕਾਮ ਆ ਜਿਹਨਾਂ ਨੇ ਆਪ ਜੱਜਮੈਂਟ ਕੀਤੀ ਆ ਆਪ ਕਹਿੰਦੇ ਵੀ ਮੈਂ ਚੱਕਦਾ ਕਾਗਜ਼ ਪੱਤਰ ਕੋਈ ਗੱਲ ਨੀ ਮੁਕਾਬਲਾ ਸਖ਼ਤ ਹੈ ਪਰ ਕੋਈ ਪਹਿਲੇ ਦੂਜੇ ਵਾਲੇ ਦਾ ਫਰਕ ਕੋਈ ਨੀਗਾ ਆ ਗਏ ਯਾਰ ਉਹ ਭੱਤੀ ਆ ਕੋਈ ਗੱਲ ਨੀ ਮੁਕਾਬਲਿਆਂ ਦੇ ਵਿੱਚ ਕੇਰਾਂ ਤਾਂ ਢਹਿ ਢੂ ਕੇ ਮੁੜਕਾ ਆਉਂਦਾ ਹੀ ਹੁੰਦਾ ਐਂ ਨੀ ਗੱਲ ਮੱਲ ਤਾਂ ਮੱਲ ਹੀ ਹੁੰਦੇ ਆ ਯਾਰ ਐਂ ਥੋੜੋ ਗੱਲ ਆ ਗਏ ਮੈਂ ਕਹਿੰਦਾ ਯਾਰ ਬੰਦੇ ਘੈਂਟ ਆ ਯਾਰ ਇਹਦਾ ਬੰਦੇ ਯਾਰ ਆ ਮੇਰੇ ਕਿਹੜਾ ਪਿੰਡ ਆ ਹਰਿਆਣੇ ਤੋਂ ਬਾਈ ਜੀਤ ਤੇ ਬਤੋਵਾਲ ਗਾਵਾਂ ਤੇ ਧਰਮਗੜ ਬਤੋਵਾਲ ਧਰਮਗੜ ਤੇ ਨਾਂ ਕੀ ਆ ਤੁਹਾਡਾ ਅਨਿਲ ਕੁਮਾਰ ਕਿੰਨਾ ਦੁੱਧ ਦਿੰਦੀ ਆ 22 ਕਿਲੋ 300 ਦੁੱਧ ਦਿੰਦੀ ਆ ਤੇ ਕਿਹੜੇ ਸਿਫਤ ਦੀ ਆ ਸੋਹਣਿਆ ਇਹ ਪੰਚਾਇਤੀ ਬੋਲਾ ਹਰਿਆਣੇ ਦਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਹਰਿਆਣੇ ਦੀਆਂ ਪੰਚਾਇਤਾਂ ਨੇ ਬਹੁਤ ਵੱਡਾ ਕੰਮ ਕੀਤਾ ਸੱਜਣੋ ਤੁਸੀਂ ਦੇਖ ਲਓ ਕਿ ਹਰਿਆਣੇ ਦੀਆਂ ਪੰਚਾਇਤਾਂ ਦੇ ਬੁੱਲਾਂ ਦੀਆਂ ਝੋਟੀਆਂ ਜਿਹੜੀਆਂ ਜਿੱਤ ਕੇ ਜਾਂਦੀਆਂ ਤੇ ਜਿਨ੍ਹਾਂ ਦੇ ਤੁਸੀਂ ਦੇਖੋ ਵੀ ਇਹ ਪੰਚ ਤੁਸੀਂ ਇੱਕ ਚੀਜ਼ ਦੇਖੋ ਪੰਚਾਇਤੀ ਬੁੱਲ ਦੀ ਝੋਟੀ ਹੈ ਵੀ ਜਿਹੜੇ ਜਿਹਦੀ ਜੱਜਮੈਂਟ ਵਾਸਤੇ ਬੀਸੀ ਸਾਹਿਬ ਨੂੰ ਆਪ ਮੈਦਾਨ ਦੇ ਵਿੱਚ ਆਉਣਾ ਪਿਆ ਆਪ ਖੁਦ ਉਤਰਨਾ ਪਿਆ ਇਹਨਾਂ ਨੇ ਖੁਦ ਜੱਜਮੈਂਟ ਕਰਨੀ ਪਈ ਤੁਸੀਂ ਦੇਖ ਲਓ ਵੀ ਕਿੰਨਾ ਤਕੜਾ ਪੰਚਾਇਤੀ ਬੋਲਣੇ ਕਿੰਨਾ ਤਕੜਾ ਕੰਪੀਟੀਸ਼ਨ ਦਿੱਤਾ ਤੇ ਲੈ ਵੀ ਪਹਿਲਾ ਨੰਬਰ 10-52 ਆ ਜਾ ਪਹਿਲੇ ਵਾਲਾ ਉਹ ਤਾਂ ਨੀ ਰੁੱਸ ਗਿਆ ਕਿਤੇ ਆਹੋ ਆ ਜਾ ਆ ਪਹਿਲਾ ਨੰਬਰ ਹੈ ਇਹ ਕਿਹੜਾ ਇਹ ਬੋਲਣਗੇ ਵੀ ਦੱਸਾਂਗੇ ਵੀ ਮੰਨ ਲਓ ਵੀ ਕੀ ਫਰਕ ਆ ਕਿਹੜੀ ਚੀਜ਼ ਕਿਵੇਂ ਆਉਂਦੀ ਆ ਬ੍ਰੀਡ ਬੀਸੀ ਸਾਹਿਬ ਤੋਂ ਆਪਾਂ ਬੁਲਾਵਾਂਗੇ ਵੀ ਤੁਹਾਨੂੰ ਪਤਾ ਲੱਗੂਗਾ ਤੁਹਾਨੂੰ ਆਪ ਨੂੰ ਪਤਾ ਲੱਗੂਗਾ ਇਹਨਾਂ ਤੋਂ ਆਪਾਂ ਪੁੱਛਾਂਗੇ ਵੀ ਭਾਈ ਕੀ ਗੱਲ ਆ ਕਿਵੇਂ ਪਹਿਲੇ ਦੂਜੇ ਦਾ ਕੀ ਫਰਕ ਆ ਬੰਦਿਆਂ ਨੂੰ ਦੇਖਣਾ ਉਹਨੂੰ ਪਤਾ ਲੱਗੇ ਜੱਜਮੈਂਟ ਕਰਨੀ ਹੁੰਦੀ ਆ ਮੰਡੀਆਂ ਦੇ ਵਿੱਚ ਮੇਰੇ ਵਰਗਾ ਪੂਛ ਮਰੋੜ ਕੇ ਦੇਖੇ ਵੀ ਗੱਲ ਕੀ ਆ ਸੁਣਿਆ ਕਿਹੜੇ ਪਿੰਡ ਤੋਂ ਆ ਇਹ ਕਿਹੜੇ ਤੋਂ ਆ ਮਾਛੀ ਵੜ ਤੋਂ ਪਵਿੱਤਰ ਦੀ ਆ ਇਹ ਕਿੰਨਾ ਦੁੱਧ ਦਿੰਦੀ ਆ ਹਾਂਜੀ ਸਰ ਦੇਖਿਓ ਉਹਦੇ ਨਾਲ ਹੋ ਜਾ ਬਾਈ ਨਾਲ 21 ਕਿਲੋ 400 ਗ੍ਰਾਮ ਧਨੌਲੇ ਜਿਹੜਾ ਰਿਕਾਰਡ ਆ ਜਿਹੜਾ ਦੋ ਦੰਦ ਦੇ ਵਿੱਚ ਮਤਲਬ ਪਹਿਲੇ ਸੂਏ ਦਾ ਇਹਦਾ 21 ਕਿਲੋ ਤੇ 400 ਗ੍ਰਾਮ ਦਾ ਜਿਹੜਾ ਹੈਗਾ ਉਹ ਭਾਈ 200 ਹਾਂ ਤੇ ਬੀਸੀ ਸਾਹਿਬ ਤੋਂ ਆਪਾਂ ਬੁਲਵਾਉਂਦੇ ਆ ਯਾਰ ਆਪਾਂ ਖੂਬੀਆਂ ਪੁੱਛਦੇ ਐ ਨੀ ਗੱਲ ਬਣਨੀ ਆਪਾਂ ਬੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਇਹ ਆਪਣੀ ਪੰਜਾਬ ਦੀ ਕਿਸਮਤ ਲਿਖਣ ਵਾਲੇ ਲੋਕ ਆ ਭਾਈ ਕਹਿ ਸਕਦੇ ਵੀ ਜਿਨ੍ਹਾਂ ਦੇ ਪਾਏ ਅੱਖਰ ਨਾਲ ਕਿਸੇ ਕਾਗਜ਼ ਤੇ ਅੱਖਰ ਪੈ ਜਾਂਦਾ ਤਾਂ ਕਿਸਾਨਾਂ ਦੀ ਕਿਸਮਤ ਲਿਖੀ ਜਾਂਦੀ ਆ ਅੱਜ ਇਹ ਖੁਦ ਆਏ ਆ
ਆਪਾਂ ਬੀਸੀ ਸਾਹਿਬ ਦਾ ਧੰਨਵਾਦ ਵੀ ਕਰਦੇ ਹਾਂ। ਤੁਸੀਂ ਦੇਖੋ ਇਹਨਾਂ ਦਾ ਪ੍ਰੈਕਟੀਕਲੀ ਬਹੁਤ ਤਜਰਬਾ। ਬੀਸੀ ਸਾਹਿਬ ਦੱਸੋ ਜ਼ਰੂਰ ਚੰਗੇ ਜਾਨਵਰ 'ਚ ਕੀ ਗੁਣ ਹੁੰਦੇ ਆ, ਸੁਣਿਓ ਬਈ ਸਾਰੇ ਜਣੇ ਧਿਆਨ ਨਾਲ ਸੁਣ ਲਓ। ਜਿਹਨਾਂ ਨੇ ਪਾਰਟੀਸਪੇਟ ਕੀਤਾ ਉਹ ਸਾਰੀ ਇੱਕ ਤੋਂ ਇੱਕ ਉਸਦਾ ਵਜ੍ਹਾ ਸੀਗੀ ਅਤੇ ਉਹਦੇ ਵਿੱਚ ਕੋਈ ਵੀ ਇਹ ਨਹੀਂ ਕਹਿ ਸਕਦੇ ਕਿਹੜੀ ਨੰਬਰ 1 ਸੀਗੀ ਕਿਹੜੀ ਨੰਬਰ 2 ਸੀਗੀ। ਇਹ ਲਗਭਗ ਸਾਰੀ ਜਿੰਨੀ ਮੱਝਾਂ ਇੱਥੇ ਆਈ ਨੇ ਅਤੇ ਜਿੰਨੇ ਕਿਸਾਨ ਵੀਰ ਆਪਣੇ ਇਹ ਮਿਹਨਤ ਦੇ ਨਾਲ ਉਹਨਾਂ ਨੂੰ ਇੰਨੀ ਚੰਗੀ ਤਿਆਰ ਕਰਕੇ ਅਤੇ ਬਿਊਟੀ ਪਾਰਲਰ ਦੀ ਤਰ੍ਹਾਂ ਇਹਨਾਂ ਦੀ ਮੈਨੀਕਿਓਰ ਪੈਡੀਕਿਓਰ ਕਰਾ ਕੇ ਉਹ ਲਏ ਨੇ ਉਹ ਸਾਰੀ ਬੱਚਾ ਬਹੁਤ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਜਿਹਨਾਂ ਨੇ ਪਾਰਟੀਸਪੇਟ ਕੀਤਾ ਹੈ। ਅਤੇ ਉਹਦੇ ਇਲਾਵਾ ਇਹ ਬੜਾ ਔਖਾ ਸੀ ਜੱਜਿਸ ਦੇ ਲਈ ਵੀ ਕਿ ਇਹ ਡਿਸਾਈਡ ਕਰਨਾ ਕਿ ਕਿਹੜਾ ਐਨੀਮਲ ਨੰਬਰ 1 ਹੋਣਾ ਚਾਹੀਦਾ, ਕਿਹੜਾ ਸੈਕਿੰਡ ਹੋਣਾ ਚਾਹੀਦਾ, ਕਿਹੜਾ ਫੋਰਥ ਹੋਣਾ ਚਾਹੀਦਾ। ਅਤੇ ਇੱਕ ਇੱਕ ਚੀਜ਼ ਜਦੋਂ ਇਹਨਾਂ ਨੇ ਲਿਖੀ, ਇਹਨਾਂ ਨੇ ਪੂਰਾ ਰਿਕਾਰਡ ਵੀ ਰੱਖਿਆ ਹਰ ਜਾਨਵਰ ਦਾ, ਅਤੇ ਉਹਦੇ ਵਿੱਚ ਜਿਹੜਾ ਮੇਨ ਉਹ ਹੁੰਦਾ ਹੈ ਕਿ ਨੀਲੀ ਰਾਵੀ ਹੋ ਭਾਵੇਂ ਉਹ ਮੁਰਰਾ ਹੋ, ਉਹਦੀ ਸਰੀਰਕ ਬਣਾਵਟ ਕਿਵੇਂ ਹੈ। ਇਹ ਜਿਹੜੀ ਮੁਰਰਾ ਦੀ ਹੈਗੀ ਕਿ ਉਹ ਵੈਜ ਸ਼ੇਪ ਬੋਡੀ ਹੋ, ਵੈਜ ਸ਼ੇਪ ਮਤਲਬ ਘੁਲਾੜੀ ਦੀ ਤਰ੍ਹਾਂ, ਅੱਗੋਂ ਪਤਲੀ ਪਿੱਛੋਂ ਚੌੜੀ, ਉਹ ਬੜੀ ਇੰਪੋਰਟੈਂਟ ਹੈਗੀ ਮੁਰਰਾ ਦੀ ਪਹਿਚਾਣ। ਫਿਰ ਮੂੰਹ ਪਤਲਾ, ਲੰਬੀ ਗਰਦਨ, ਸਿੰਘ ਜਿਹੜੇ ਹੈ ਉਹ ਘੁਮਾਓਦਾਰ। ਇੱਕ ਮੱਝ ਸੀਗੀ ਉਹ 5-6 ਨੰਬਰ ਸੀਗੀ, ਪਰ ਉਹਦੇ ਸਿੰਘ ਥੋੜ੍ਹੇ ਜਿਹੇ ਖੁੱਲ੍ਹੇ ਸੀ, ਪਰ ਬਾਕੀ ਕੁਆਲਿਟੀ ਜਿਹੜੀ ਹੈ ਉਹ ਚੰਗੀ ਸੀ। ਪਰ ਜਿਹੜਾ ਸਭ ਤੋਂ ਜ਼ਿਆਦਾ ਨੰਬਰ ਜਿਹੜੇ ਲੱਗਦੇ ਹਨ ਡੰਗਰ ਦੇ, ਉਹ ਲੱਗਦੇ ਆ ਉਹਦੇ ਅਡਰ ਦੀ ਕੁਆਲਿਟੀ। ਅਡਰ 'ਚ ਕੀ ਦੇਖਿਆ ਜਾਂਦਾ ਹੈ ਕਿ ਚਾਰੋਂ ਕੁਆਟਰ ਵਾਲਾ ਆਗੇ ਵਾਲਾ ਵਾਣਾ ਵੀ ਅਤੇ ਪਿੱਛੇ ਵਾਲਾ ਵਾਣਾ ਵੀ ਬਰਾਬਰ ਹੋਣਾ ਚਾਹੀਦਾ। ਜੇ ਆਗੇ ਵਾਲਾ ਹਲਕਾ ਹੈ ਪਿੱਛੇ ਵਾਲਾ ਭਾਰੀ ਹੈ ਤਾਂ ਉਹ ਡੰਗਰ ਦੀ ਬੜੀ ਮਤਲਬ ਚੰਗਾ ਨਹੀਂ ਮੰਨਿਆ ਜਾਂਦਾ। ਔਰ ਕੱਲ੍ਹ ਜਦੋਂ ਸਾਡੇ ਮੱਝਾਂ ਵੀ ਮਸ਼ੀਨ ਮਿਲਕਿੰਗ 'ਤੇ ਆਉਣਗੀ ਤਾਂ ਉਹ ਕਾਮਯਾਬ ਨਹੀਂ ਹੋਣਗੇ ਮਸ਼ੀਨ ਮਿਲਕਿੰਗ, ਕਿਉਂਕਿ ਚਾਰੋਂ ਥਣਾਂ ਤੋਂ ਚਾਰੋਂ ਕੁਆਟਰਾਂ ਦੇ ਵਿੱਚੋਂ ਬਰਾਬਰ ਦਾ ਦੁੱਧ ਆਉਣਾ ਚਾਹੀਦਾ, ਤਾਂ ਹੀ ਜਾ ਕੇ ਜਿਹੜਾ ਮਸ਼ੀਨ ਮਿਲਕਿੰਗ ਕਾਮਯਾਬ ਹੋਊਗੀ। ਔਰ ਉਹੀ ਐਨੀਮਲ ਦੀ ਡਿਊਟੀ ਵੀ ਹੁੰਦੀ ਹੈ ਅਤੇ ਜਿਹੜੇ ਟੀਟ ਹੈ ਜਿਹੜੇ ਥਣ ਹੈ ਉਹ ਇਕੁਅਲ ਡਿਸਟੈਂਸ ਦੂਰ ਦੂਰ ਹੋਣੇ ਚਾਹੀਦੇ, ਜਿੰਨੇ ਦੂਰ ਹੈਗੇ ਉਨੇ ਚੰਗੇ ਹੈਗੇ, ਜ਼ਿਆਦਾ ਲੰਬੇ ਵੀ ਨਹੀਂ ਹੋਣੇ ਚਾਹੀਦੇ। ਲੰਬੇ ਇੱਕ ਥੋੜ੍ਹੇ ਲੰਬੇ ਸੀਗੇ ਤਾਂ ਉਹ ਅਸੀਂ ਇੱਕ ਉਹਨੂੰ ਦੂਜੀ ਮੱਝ ਦੇ ਮੁਕਾਬਲੇ ਥੋੜ੍ਹਾ ਪਿੱਛੇ ਕੀਤਾ। ਜਿਹੜੇ ਥਣ ਥੋੜ੍ਹਾ ਬਹੁਤ ਜਦੋਂ ਟਾਈਟ, ਕਿਉਂਕਿ ਸਾਨੂੰ ਪਤਾ ਹੈ ਕਿਸਾਨਾਂ ਨੇ ਇਹਨਾਂ ਨੂੰ ਉਸਦੇ ਸੁਗਰੇ ਚੋਏ ਨਾ ਹੋ, ਤਾਂ ਉਹਨਾਂ ਦੇ ਥਣ ਜਿਹੜੇ ਉਹ ਟਾਈਟ ਹੋ ਰਹੇ ਸੀ। ਕੁਛ ਥਣ ਜਿਹੜੇ ਟਾਈਟ ਹੋ, ਜਦੋਂ ਮੱਝ ਪਾਉਸਦੀ ਹੈ ਉਸ ਵੇਲੇ ਥੋੜ੍ਹੇ ਪਿੱਛੇ ਦੀ ਸਾਈਡ ਹੋ ਜਾਂਦੇ ਹੈ, ਉਹ ਕੋਈ ਡਿਸਕੁਆਲੀਫਿਕੇਸ਼ਨ ਨਹੀਂ ਹੈਗੀ, ਪਰ ਉਹ ਥੋੜ੍ਹਾ ਸਾ ਉਹਦੇ ਨੰਬਰ ਕੁਛ ਘੱਟ ਲੱਗਣਗੇ ਜਿਹਦੇ ਥਣ ਪਿੱਛੇ ਦੀ ਤਰਫ ਜ਼ਿਆਦਾ ਹੋ ਜਾਂਦੇ ਹੈ। ਤਾਂ ਇਹੀ ਹੈਗਾ ਮੈਂ। ਅੱਛਾ, ਦੂਜਾ ਚੀਜ਼ਾਂ ਹੋ ਗਿਆ ਕਿ ਮੱਝ ਜ਼ਿਆਦਾ ਫੈਟੀ ਨਹੀਂ ਹੋਣੀ ਚਾਹੀਦੀ। ਜੇ ਐਨੀਮਲ ਜ਼ਿਆਦਾ ਫੈਟੀ ਹੈਗਾ ਤਾਂ ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਉਹਨੂੰ ਜ਼ਰੂਰਤ ਲੋੜ ਤੋਂ ਜ਼ਿਆਦਾ ਹੀ ਦੇ ਰਹੇ, ਉਹਦੀ ਵੀ ਲੋੜ ਨਹੀਂ ਹੁੰਦੀ। ਔਰ ਉਹ ਵੀ ਇੱਕ ਨੈਗੇਟਿਵ ਪੁਆਇੰਟ ਹੋ ਜਾਂਦੀ ਹੈ, ਜ਼ਿਆਦਾ ਫੈਟੀ ਹੋਵੇ ਤਾਂ ਉਹਦੇ ਪੁੱਠੇ 'ਤੇ ਤੁਸੀਂ ਦੇਖੋਗੇ ਫੈਟ ਜਮ੍ਹਾਂ ਹੋ। ਤਾਂ ਇਹ ਮੈਨੂੰ ਪੂਰਾ ਇਹਦਾ ਮਾਣ ਹੈ ਕਿ ਜਿਹੜੇ ਸਾਡੇ ਜੱਜੀ ਸਾਹਿਬਾਨ ਨੇ ਕੀਤਾ ਹੈ, ਪੂਰੀ ਮਿਹਨਤ ਪੂਰੀ ਸ਼ਿੱਦਤ ਦੇ ਨਾਲ ਕੀਤਾ ਹੈ, ਅਤੇ ਕੋਈ ਕਿਸੇ ਦੀ ਕੋਈ ਸਿਫਾਰਿਸ਼ ਨਹੀਂ ਸੀ, ਕੋਈ ਪ੍ਰੈਸ਼ਰ ਨਹੀਂ ਸੀ। ਮੈਨੂੰ ਗਿੱਲ ਅਤੇ ਹੋਰ ਉਹਨਾਂ ਨੇ ਕਿਹਾ ਡਾਕਟਰ ਸਾਹਿਬ ਇੱਕ ਵਾਰੀ ਤੁਸੀਂ ਵੀ ਦੇਖ ਲਿਓ,
ਕਿ ਕੋਈ ਨਾ ਕੁਸ਼ਚਨ ਮਾਰਕ ਮਾਰੇ ਤੋ ਇਹਨਾਂ ਦੇ ਨਾਲ ਗੱਲ ਕਰਕੇ ਹੀ ਜਿਹੜੇ ਜੱਜਿਸ ਦੇ ਨਾਲ ਗੱਲ ਕਰਕੇ ਹੀ ਅਤੇ ਇਹਨਾਂ ਦੀ ਰਜ਼ਾਮੰਦੀ ਦੇ ਨਾਲ ਅਸੀਂ ਜਿਹੜਾ ਫੈਸਲਾ ਕੀਤਾ ਹੈ ਉਹ ਕੀਤਾ ਹੈ। ਏਕਾਂ ਦਾ ਕਿਸੇ ਦਾ ਨੰਬਰ ਉੱਤੇ ਥੱਲੇ ਹੋਇਆ, ਬਾਕੀ ਹੋਰ ਕੋਈ ਇਹਦੇ ਵਿੱਚ ਕੋਈ ਡਿਫਰੈਂਸ ਨਹੀਂ।